ਕੀ ਹੋਇਆ ਕਿ ਬੰਗਲਾਦੇਸ਼ ਵਿੱਚ 15 ਸਾਲ ਤੱਕ ਰਾਜ ਕਰਨ ਵਾਲੀ ਸ਼ੇਖ ਹਸੀਨਾ ਨੂੰ ਮੁਲਕ ਛੱਡਣਾ ਪਿਆ। ਆਇਰਨ ਲੇਡੀ ਦੇ ਨਾਂ ਨਾਲ ਜਾਣੀ ਜਾਣ ਵਾਲੀ ਸ਼ੇਖ ਹਸੀਨਾ ਕਿਉਂ ਕਮਜ਼ੋਰ ਪੈ ਗਈ? ਅਜਿਹਾ ਕੀ ਕਾਰਨ ਸੀ ਕਿ ਭੀੜ ਨੇ ਪੀਐਮ ਹਾਊਸ ਨੂੰ ਨਿਸ਼ਾਨਾ ਬਣਾਇਆ ਅਤੇ ਜੰਮ ਕੇ ਲੁੱਟ ਖੋ ਕੀਤੀ? ਬੰਗਲਾਦੇਸ਼ ਦੀ ਨੀਂਹ ਰੱਖਣ ਵਾਲੇ ਸ਼ੇਖ ਮੁਜੀਬੁਰ ਰਹਿਮਾਨ ਦੀ ਮੂਰਤੀ ਤੱਕ ਤੋੜ ਦਿੱਤੀ ਗਈ। 50 ਸਾਲ ਪਹਿਲਾਂ ਹੋਂਦ ਵਿੱਚ ਆਇਆ ਮੁਲਕ ਫੇਰ ਕਿਉਂ ਹੋ ਗਿਆ ਬੇਸਹਾਰਾ? ਪੂਰੇ ਪਰਿਵਾਰ ਦੇ ਕਤਲ ਹੋ ਜਾਣ ਤੋਂ ਬਾਅਦ ਵੀ ਸ਼ੇਖ ਹਸੀਨਾ ਦੇ ਮਜ਼ਬੂਤੀ ਨਾਲ ਉਭਰਨ ਦੀ ਕਹਾਣੀ। ਬੰਗਲਾਦੇਸ਼ ਵਿੱਚ ਇਸ ਸਮੇਂ ਜੋ ਹੋ ਰਿਹਾ ਹੈ ਉਸ ਬਾਰੇ ਵਿੱਚ ਹੋ ਸਕਦਾ ਹੈ ਕਿ ਤੁਹਾਨੂੰ ਬਹੁਤ ਜ਼ਿਆਦਾ ਜਾਂ ਇਉਂ ਕਹਿ ਲਈਏ ਕਿ ਸਾਫ਼ ਸਾਫ਼ ਨਾ ਪਤਾ ਹੋਵੇ ਕਿ ਆਖਿਰ ਗੱਲ ਕੀ ਹੈ। ਜੇ ਸਟੂਡੈਂਟ ਪ੍ਰੋਟੈਸਟ ਦੀ ਵਜ੍ਹਾ ਨਾਲ ਕਿਹਾ ਜਾ ਰਿਹਾ ਹੈ ਕਿ ਸ਼ੇਖ ਹਸੀਨਾ ਨੂੰ ਕੁਰਸੀ ਅਤੇ ਮੁਲਕ ਦੋਵੇਂ ਛੱਡਣੇ ਪਏ, ਉਹਨਾਂ ਦੀਆਂ ਮੰਗਾਂ ਤਾਂ ਲਗਭਗ ਮੰਨ ਲਈਆਂ ਗਈਆਂ ਸਨ, ਫਿਰ ਕੀ ਹੋਇਆ? ਸ਼ੇਖ ਹਸੀਨਾ ਦੇ ਪਿਤਾ ਅਤੇ ਪਰਿਵਾਰ ਦੇ ਲੋਕਾਂ ਨੂੰ ਕਿਉਂ ਅਚਾਨਕ ਕਤਲ ਕਰ ਦਿੱਤਾ ਗਿਆ ਸੀ? 1975 ਤੋਂ ਬੰਗਲਾਦੇਸ਼ ਦੀ ਸਿਆਸਤ ਵਿੱਚ ਫੌਜ ਦਾ ਕੀ ਰੋਲ ਰਿਹਾ? ਬੰਗਲਾਦੇਸ਼ ਵਿੱਚ ਜੋ ਕੁਝ ਹੋ ਰਿਹਾ ਉਸ ਨਾਲ ਭਾਰਤ ਨੂੰ ਕਿੰਨਾ ਵੱਡਾ ਖਤਰਾ ਹੈ? ਅਤੇ ਸਭ ਤੋਂ ਵੱਡਾ ਸਵਾਲ ਇਹ ਕਿ ਬੰਗਲਾਦੇਸ਼ ਨੂੰ ਤੇਜ਼ੀ ਨਾਲ ਉਭਰਦੀ ਹੋਈ ਅਰਥ ਵਿਵਸਥਾ ਬਣਾਉਣ ਵਾਲੀ ਸ਼ੇਖ ਹਸੀਨਾ ਕੀ ਮੁਲਕ ਵਾਪਸੀ ਕਰਨਗੇ? ਅਜਿਹੇ ਕਈ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਾਂਗੇ ਅਤੇ ਸਮਝਾਂਗੇ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਬਾਰੇ। ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਤਾਂ ਉਸੇ ਸਾਲ ਸ਼ੇਖ ਹਸੀਨਾ ਪੈਦਾ ਹੋਏ, ਯਾਨੀ ਸਾਲ ਸੀ 1947। ਸਾਲ 1971 ਤੱਕ ਬੰਗਲਾਦੇਸ਼ ਨੂੰ ਪੂਰਵੀ ਪਾਕਿਸਤਾਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਯਾਨੀ ਮੌਜੂਦਾ ਪਾਕਿਸਤਾਨ ਅਤੇ 1971 ਤੱਕ ਵਾਲਾ ਪਾਕਿਸਤਾਨ ਇੱਕ ਹੀ ਮੁਲਕ ਸਨ। 1970 ਵਿੱਚ ਪਾਕਿਸਤਾਨ ਵਿੱਚ ਚੋਣਾਂ ਹੋਈਆਂ। ਉਸ ਸਮੇਂ ਦੇ ਪੂਰਵੀ ਪਾਕਿਸਤਾਨ ਯਾਨੀ ਮੌਜੂਦਾ ਬੰਗਲਾਦੇਸ਼ ਵਿੱਚ ਸ਼ੇਖ ਮੁਜੀਬੁਰ ਰਹਿਮਾਨ ਦੀ ਪਾਰਟੀ ਅਵਾਮੀ ਲੀਗ ਨੇ ਚੋਣਾਂ ਲੜੀਆਂ ਅਤੇ ਇੱਕ ਪਾਸੜ ਜਿੱਤ ਹਾਸਲ ਕੀਤੀ। ਦੂਜੇ ਪਾਸੇ ਮੌਜੂਦਾ ਪਾਕਿਸਤਾਨ ਯਾਨੀ ਪੱਛਮੀ ਪਾਕਿਸਤਾਨ ਵਿੱਚ PPP ਪਾਰਟੀ ਦੇ ਜ਼ੁਲਫਿਕਾਰ ਅਲੀ ਭੁੱਟੋ ਦੀ ਪਾਰਟੀ ਪਿਛੜ ਗਈ। ਪਰ ਉਸ ਸਮੇਂ ਮਾਰਸ਼ਲ ਲਾਅ ਦੇ ਜ਼ਰੀਏ ਪਾਕਿਸਤਾਨ ਦੇ ਆਰਮੀ ਚੀਫ ਜਨਰਲ ਯਹੀਆ ਖਾਨ ਨੇ ਬਹੁਮਤ ਹਾਸਲ ਕਰਨ ਵਾਲੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਸੱਤਾ ਸੌਂਪਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਬਸ ਇੱਥੋਂ ਹੀ ਸ਼ੁਰੂਆਤ ਹੋਈ ਬੰਗਲਾਦੇਸ਼ ਬਣਨ ਦੀ ਅਤੇ ਪਾਕਿਸਤਾਨ ਦੇ ਟੁੱਟਣ ਦੀ ਕਹਾਣੀ। ਜਨਰਲ ਯਹੀਆ ਖਾਨ ਦੇ ਸੱਤਾ ਨਾ ਸੌਂਪਣ ਦੇ ਫੈਸਲੇ ਤੋਂ ਬਾਅਦ ਪੂਰਵੀ ਪਾਕਿਸਤਾਨ ਵਿੱਚ ਹਾਲਾਤ ਵਿਗੜ ਗਏ। ਇੱਥੇ ਪਹਿਲਾਂ ਤੋਂ ਹੀ ਬੰਗਾਲੀ ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਸੀ ਕਿ ਅਸੀਂ ਮੁਸਲਮਾਨ ਤਾਂ ਹਾਂ ਪਰ ਸਾਡੀ ਭਾਸ਼ਾ ਬੰਗਾਲੀ ਹੈ, ਪਰ ਸਾਡੇ 'ਤੇ ਥੋਪੀ ਜਾ ਰਹੀ ਹੈ ਉਰਦੂ ਭਾਸ਼ਾ। ਇਸ ਤੋਂ ਬਾਅਦ ਸ਼ੁਰੂ ਹੋਇਆ ਆਜ਼ਾਦੀ ਦਾ ਸੰਘਰਸ਼। ਪਾਕਿਸਤਾਨੀ ਫੌਜ ਨੇ ਪੂਰੀ ਤਾਕਤ ਨਾਲ ਸੰਘਰਸ਼ ਨੂੰ ਦਬਾਉਣ ਦਾ ਕੰਮ ਕੀਤਾ, ਪਰ ਅਚਾਨਕ ਪੂਰਵੀ ਪਾਕਿਸਤਾਨ ਵਿੱਚ ਬੰਗਾਲੀ ਫੌਜੀਆਂ ਨੇ ਬਗਾਵਤ ਕਰ ਦਿੱਤੀ। ਇਸ ਤੋਂ ਬਾਅਦ ਬੰਗਾਲੀ ਫੌਜੀਆਂ ਅਤੇ ਪ੍ਰਦਰਸ਼ਨਕਾਰੀਆਂ ਨੇ ਮਿਲ ਕੇ ਇੱਕ ਸੰਗਠਨ ਬਣਾਇਆ, ਮੁਕਤੀ ਵਾਹਿਨੀ, ਜੋ ਗੁਰਿੱਲਾ ਵਾਰ ਦੇ ਜ਼ਰੀਏ ਪਾਕਿਸਤਾਨੀ ਫੌਜ ਨਾਲ ਟੱਕਰ ਲੈ ਰਹੀ ਸੀ। ਇਸੇ ਦੌਰਾਨ ਭਾਰਤ ਨੇ ਵੀ ਸਾਥ ਦਿੱਤਾ। ਭਾਰਤੀ ਫੌਜ ਦੇ ਕਈ ਵੱਡੇ ਅਫਸਰਾਂ ਦਾ ਰੋਲ ਵੀ ਅਹਿਮ ਸੀ, ਜਿਸ ਵਿੱਚ ਸਨ ਫੀਲਡ ਮਾਰਸ਼ਲ ਮਾਨਿਕ ਸ਼ਾਹ ਅਤੇ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ। ਹਜ਼ਾਰਾਂ ਪਾਕਿਸਤਾਨੀ ਸੈਨਿਕਾਂ ਦਾ ਆਤਮ ਸਮਰਪਣ ਕਰਵਾਇਆ ਗਿਆ ਅਤੇ ਨਵਾਂ ਮੁਲਕ ਬਣਿਆ ਬੰਗਲਾਦੇਸ਼।
ਪਾਕਿਸਤਾਨ ਟੁੱਟ ਗਿਆ। 1971 ਵਿੱਚ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ ਸ਼ੇਖ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ। ਬੰਗਲਾਦੇਸ਼ ਦੀ ਆਰਮੀ ਦਾ ਹਿੱਸਾ ਬਣਿਆ ਮੁਕਤੀ ਵਾਹਿਨੀ। ਪਰ ਇਸ ਤੋਂ ਬਾਅਦ ਬੰਗਲਾਦੇਸ਼ ਨੂੰ ਬਹੁਤ ਕੁਝ ਦੇਖਣਾ ਬਾਕੀ ਸੀ। ਨਵੇਂ ਬਣੇ ਦੇਸ਼ ਬੰਗਲਾਦੇਸ਼ ਵਿੱਚ ਪਹਿਲੀ ਵਾਰ ਫੌਜ ਨੇ ਤਖਤਾ ਪਲਟ ਕੀਤਾ। ਸਾਲ ਸੀ 1975, ਦਿਨ ਸੀ 15 ਅਗਸਤ ਦਾ। ਸਵੇਰੇ ਦੇ ਸਮੇਂ ਕੁਝ ਸੈਨਿਕਾਂ ਨੇ ਸ਼ੇਖ ਮੁਜੀਬੁਰ ਰਹਿਮਾਨ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੂੰ, ਜਿਸ ਵਿੱਚ ਉਹ ਆਪ, ਉਹਨਾਂ ਦੀ ਪਤਨੀ, ਮੁੰਡੇ ਅਤੇ ਨੂੰਹਾਂ ਸਮੇਤ ਕਰੀਬ 1.5 ਦਰਜਨ ਲੋਕਾਂ ਨੂੰ ਬੜੀ ਬੇਰਹਿਮੀ ਨਾਲ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਪਰ ਪੂਰੇ ਪਰਿਵਾਰ ਵਿੱਚ ਬਚ ਗਈ ਤਾਂ ਸਿਰਫ ਸ਼ੇਖ ਹਸੀਨਾ, ਉਹਨਾਂ ਦੀ ਭੈਣ ਸ਼ੇਖ ਰਿਹਾਨਾ, ਕਿਉਂਕਿ ਇਹ ਦੋਵੇਂ ਉਸ ਵਕਤ ਦੇਸ਼ ਵਿੱਚ ਮੌਜੂਦ ਨਹੀਂ ਸਨ, ਦੇਸ਼ ਤੋਂ ਬਾਹਰ ਸੀ। ਕਈ ਸਾਲ ਸ਼ੇਖ ਹਸੀਨਾ ਆਪਣੀ ਭੈਣ ਅਤੇ ਪਤੀ ਦੇ ਨਾਲ ਪਛਾਣ ਲੁਕੋ ਕੇ ਦਿੱਲੀ ਵਿੱਚ ਰਹਿੰਦੇ ਰਹੇ। ਇਸ ਤੋਂ ਬਾਅਦ ਬੰਗਲਾਦੇਸ਼ ਵੀ ਪਾਕਿਸਤਾਨ ਦੇ ਨਕਸ਼ੇ ਕਦਮਾਂ 'ਤੇ ਤੁਰਨ ਲੱਗਾ। ਉੱਥੇ ਵੀ ਫੌਜੀ ਸ਼ਾਸਨ ਅਤੇ ਤਾਨਾਸ਼ਾਹੀ ਹਾਵੀ ਰਹੀ। ਇੱਕ ਤੋਂ ਬਾਅਦ ਇੱਕ ਤਖਤਾ ਪਲਟ ਅਤੇ ਮੁਸ਼ਕਲਾਂ ਨਾਲ ਬੰਗਲਾਦੇਸ਼ ਦੀ ਹਾਲਤ ਖਰਾਬ ਹੋ ਗਈ। ਪਰ ਸ਼ੇਖ ਹਸੀਨਾ ਨੇ ਹਾਰ ਨਹੀਂ ਮੰਨੀ, ਬੰਗਲਾਦੇਸ਼ ਦੀ ਸਿਆਸਤ ਵਿੱਚ ਬਣੇ ਰਹੇ। ਫਿਰ ਸਾਲ ਆਇਆ 1996, ਚੋਣਾਂ ਹੋਈਆਂ, ਅਵਾਮੀ ਲੀਗ ਜਿੱਤੀ ਅਤੇ ਸ਼ੇਖ ਹਸੀਨਾ 2001 ਤੱਕ ਪ੍ਰਧਾਨ ਮੰਤਰੀ ਰਹੇ, ਪਰ ਅਗਲੀ ਵਾਰ ਉਹ ਹਾਰ ਗਏ। 2007 ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 2008 ਵਿੱਚ ਉਹਨਾਂ ਨੂੰ ਰਿਹਾਈ ਮਿਲੀ। ਉਸ ਤੋਂ ਬਾਅਦ 2009 ਵਿੱਚ ਚੋਣਾਂ ਹੋਈਆਂ, ਸ਼ੇਖ ਹਸੀਨਾ ਨੂੰ ਫਿਰ ਜਿੱਤ ਹਾਸਲ ਹੋਈ। ਉਸ ਤੋਂ ਬਾਅਦ ਕੋਈ ਉਹਨਾਂ ਨੂੰ ਹਿਲਾ ਨਹੀਂ ਸਕਿਆ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਅਗਸਤ 2024 ਤੱਕ ਉਹ ਪ੍ਰਧਾਨ ਮੰਤਰੀ ਰਹੇ। ਹੁਣ ਸਵਾਲ ਇਹ ਹੈ ਕਿ ਆਖਿਰ ਕੀ ਕਾਰਨ ਹੈ ਕਿ ਉਹਨਾਂ ਨੂੰ ਆਪਣਾ ਮੁਲਕ ਛੱਡਣਾ ਪਿਆ। ਦਰਅਸਲ 1971 ਵਿੱਚ ਬੰਗਲਾਦੇਸ਼ ਦੀ ਆਜ਼ਾਦੀ ਦੇ ਲਈ ਲੜਨ ਵਾਲੇ ਆਜ਼ਾਦੀ ਘੁਲਾਟੀਆਂ ਦੇ ਰਿਸ਼ਤੇਦਾਰਾਂ ਦੇ ਲਈ ਕਈ ਸਿਵਲ ਸੇਵਾਵਾਂ ਦੀਆਂ ਨੌਕਰੀਆਂ ਵਿੱਚ ਰਾਖਵਾਂਕਰਨ ਦਿੱਤਾ ਗਿਆ ਸੀ। ਇਸੇ ਨੂੰ ਲੈ ਕੇ ਜੁਲਾਈ ਮਹੀਨੇ ਤੋਂ ਵਿਦਿਆਰਥੀ ਸੜਕਾਂ 'ਤੇ ਸਨ। ਉਹ ਗੱਲ ਵੱਖ ਹੈ ਕਿ ਸਰਕਾਰ ਨੇ ਜ਼ਿਆਦਾਤਰ ਕੋਟਾ ਵਾਪਸ ਲੈ ਲਿਆ ਸੀ, ਪਰ ਵਿਦਿਆਰਥੀਆਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਿਆ ਅਤੇ ਹਸੀਨਾ ਸਰਕਾਰ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ। ਹਾਲਾਂਕਿ ਰਾਖਵਾਂਕਰਨ ਹਟਾਉਣ ਦੀ ਗੱਲ ਕੋਈ ਨਵੀਂ ਨਹੀਂ ਸੀ, ਬਲਕਿ ਕਈ ਸਾਲ ਪੁਰਾਣੀ ਗੱਲ ਸੀ ਇਹ। ਹੁਣ ਦਬਾਅ ਜ਼ਿਆਦਾ ਸੀ। ਸ਼ੇਖ ਹਸੀਨਾ ਸਰਕਾਰ ਸੁਪਰੀਮ ਕੋਰਟ ਵੀ ਗਈ। ਸਰਕਾਰ ਵਿਦਿਆਰਥੀਆਂ ਦੇ ਨਾਲ ਹੀ ਸੀ ਅਤੇ ਕਿਹਾ ਗਿਆ ਕਿ ਰਾਖਵਾਂਕਰਨ ਖਤਮ ਹੋਏਗਾ। ਬਾਅਦ ਵਿੱਚ ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਰਾਖਵਾਂਕਰਨ ਕਰੀਬ ਕਰੀਬ ਖਤਮ ਕਰ ਦਿੱਤਾ। ਪਰ ਸਵਾਲ ਇੱਥੇ ਇਹ ਖੜ੍ਹਾ ਹੁੰਦਾ ਹੈ ਕਿ ਵਿਦਿਆਰਥੀਆਂ ਨੂੰ ਜੋ ਚਾਹੀਦਾ ਸੀ ਉਹ ਤਾਂ ਮਿਲ ਗਿਆ, ਫਿਰ ਵੀ ਪ੍ਰਦਰਸ਼ਨ ਕਿਉਂ? ਇੱਥੇ ਇਹ ਸਮਝਣ ਵਾਲੀ ਗੱਲ ਹੈ ਕਿ ਬੰਗਲਾਦੇਸ਼ ਵਿੱਚ ਸਰਗਰਮ ਸੰਗਠਨ ਜਮਾਤ ਏ ਇਸਲਾਮੀ ਅਤੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਲੋਕ ਪ੍ਰਦਰਸ਼ਨ ਵਿੱਚ ਵੜ ਆਏ ਅਤੇ ਹਾਲਾਤ ਬੇਕਾਬੂ ਹੋ ਗਏ, ਕਿਉਂਕਿ ਇਕੱਲੇ ਵਿਦਿਆਰਥੀ ਸੱਤਾ ਪਲਟ ਦੇਣ ਅਜਿਹਾ ਮੁਸ਼ਕਲ ਜਾਪਦਾ ਸੀ। ਪਰਦੇ ਦੇ ਪਿੱਛੇ ਕੋਈ ਹੋਰ ਵੀ ਹੈ। ਇਸ ਲਈ ਹਸੀਨਾ ਦੇ ਮੁਲਕ ਛੱਡਦੇ ਅਤੇ ਭਾਰਤ ਵਿੱਚ ਕਦਮ ਰੱਖਦਿਆਂ ਹੀ ਫੌਜ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਇੱਕ ਅੰਤਰਿਮ ਸਰਕਾਰ ਮੁਲਕ ਚਲਾਏਗੀ। ਫੌਜ ਦੇ ਅਫਸਰਾਂ ਦੇ ਨਾਲ ਜਮਾਤ ਏ ਇਸਲਾਮੀ ਦੇ ਆਗੂਆਂ ਦੀ ਬੈਠਕਾਂ ਵੀ ਹੋਣ ਲੱਗੀਆਂ। ਉਹੀ ਜਮਾਤ ਏ ਇਸਲਾਮੀ ਜਿਸ ਨੂੰ ਹਸੀਨਾ ਅੱਤਵਾਦੀ ਸੰਗਠਨ ਕਹਿੰਦੇ ਸੀ। ਦੂਜੇ ਪਾਸੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੀ ਮੁਖੀ ਖਾਲਿਦਾ ਜ਼ਿਆ ਦੇ ਵੀ ਜੇਲ੍ਹ ਤੋਂ ਬਾਹਰ ਆਉਣ ਦੀਆਂ ਖਬਰਾਂ ਨੇ।
ਤਾਂ ਇਸ ਨੂੰ ਸਿਰਫ ਵਿਦਿਆਰਥੀ ਅੰਦੋਲਨ ਤੱਕ ਹੀ ਦੇਖਣ ਦੀ ਲੋੜ ਨਹੀਂ ਹੈ, ਸਗੋਂ ਇਸ ਤੋਂ ਅੱਗੇ ਦੇਖਣ ਦੀ ਲੋੜ ਹੈ। ਅਗਲੀ ਗੱਲ ਇਹ ਹੈ ਕਿ ਭਾਰਤ ਦੇ ਲਈ ਬੰਗਲਾਦੇਸ਼ ਸੰਕਟ ਕਿਉਂ ਅਹਿਮ ਹੈ। ਉਹ ਇਸ ਲਈ ਕਿਉਂਕਿ ਭਾਰਤ ਬੰਗਲਾਦੇਸ਼ ਦਾ ਸ਼ੁਰੂ ਤੋਂ ਹੀ ਸਾਥੀ ਹੈ ਅਤੇ ਸ਼ੇਖ ਹਸੀਨਾ ਦੇ ਲੰਬੇ ਕਾਰਜਕਾਲ ਦੇ ਦੌਰਾਨ ਦੋਹਾਂ ਮੁਲਕਾਂ ਨੇ ਕਈ ਯੋਜਨਾਵਾਂ 'ਤੇ ਇਕੱਠਿਆਂ ਕੰਮ ਕੀਤਾ। ਇਹ ਇੱਕੋ ਇੱਕ ਪੜੋਸੀ ਮੁਲਕ ਸੀ ਜਿੱਥੇ ਹਾਲਾਤ ਵਿਗੜੇ ਨਹੀਂ ਸਨ। ਇਸ ਤੋਂ ਪਹਿਲਾਂ ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਅਤੇ ਮਿਆਂਮਾਰ ਵਿੱਚ ਹਾਲਾਤ ਠੀਕ ਨਹੀਂ ਨੇ, ਤਾਂ ਹੁਣ ਭਾਰਤ ਨੂੰ ਇੱਕ ਇੱਕ ਕਦਮ ਸੰਭਲ ਕੇ ਰੱਖਣਾ ਹੋਏਗਾ, ਕਿਉਂਕਿ ਆਲੇ ਦੁਆਲੇ ਦੇ ਲਗਭਗ ਸਾਰੇ ਮੁਲਕਾਂ ਦੇ ਵਿੱਚ ਹਾਲਾਤ ਭਾਰਤ ਦੇ ਪੱਖ ਵਿੱਚ ਨਹੀਂ ਨੇ। ਆਖਰੀ ਸਵਾਲ, ਕੀ ਹੁਣ ਸ਼ੇਖ ਹਸੀਨਾ ਵਾਪਸੀ ਕਰਨਗੇ? ਸ਼ੇਖ ਹਸੀਨਾ ਦੇ ਬੇਟੇ ਸਜੀਵ ਵਾਜਿਦ ਜੋਏ ਨੇ ਕਿਹਾ ਕਿ ਉਹਨਾਂ ਨੇ ਪਿਛਲੇ 15 ਸਾਲਾਂ ਤੋਂ ਬੰਗਲਾਦੇਸ਼ ਦਾ ਵਿਕਾਸ ਕੀਤਾ ਹੈ। ਜਦੋਂ ਉਹ ਸੱਤਾ ਵਿੱਚ ਆਏ ਤਾਂ ਬੰਗਲਾਦੇਸ਼ ਇੱਕ ਫੇਲ ਨੇਸ਼ਨ ਕਿਹਾ ਜਾਂਦਾ ਸੀ। ਉਹ ਇੱਕ ਗਰੀਬ ਮੁਲਕ ਸੀ, ਪਰ ਅੱਜ ਉਸ ਨੂੰ ਏਸ਼ੀਆ ਦਾ ਉੱਭਰਦਾ ਹੋਇਆ ਟਾਈਗਰ ਕਿਹਾ ਜਾਣ ਲੱਗਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਮਾਂ ਦੀ ਸਿਆਸੀ ਵਾਪਸੀ ਸੰਭਵ ਨਹੀਂ ਹੋਏਗੀ, ਹੁਣ ਉਹਨਾਂ ਦੀ ਉਮਰ 70 ਤੋਂ ਪਾਰ ਹੋ ਚੁੱਕੀ ਹੈ। ਇੰਨੀ ਮਿਹਨਤ ਦੇ ਬਾਵਜੂਦ ਥੋੜ੍ਹੇ ਜਿਹੇ ਲੋਕਾਂ ਨੇ ਉਹਨਾਂ ਦੇ ਖਿਲਾਫ਼ ਬਗਾਵਤ ਕਰ ਦਿੱਤੀ। ਮੇਰੇ ਖਿਆਲ ਨਾਲ ਹੁਣ ਉਹ ਵਾਪਸੀ ਨਹੀਂ ਕਰਨਗੇ।